ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮੋਤਲਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਆਗਿਆਪਾਲ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਕੋਲ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਇੱਕੋ ਹੀ ਗਾਂ ਦਿਖਾਉਣੀ ਹੈ, ਠੰਡੀ ਸੀਲ ਸਾਹੀਵਾਲ ਗਾਂ ਤੁਹਾਨੂੰ ਦਿਖਾਉਣੀ ਹੈ, ਚੰਗੇ ਦੁੱਧ ਵਾਲੀ। ਗੱਲਬਾਤ ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ ਕਿਉਂਕਿ ਸੋਹਣੀ ਵੈਟ ਜਿਹੜੀ ਅੱਜ ਤੁਹਾਨੂੰ ਦਿਖਾਉਣੀ ਆ। ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਸਾਹੀਵਾਲ ਗਾਂ ਹੋਵੇ, ਠੰਡੀ ਧੀਰੀ ਹੋਵੇ ਅਤੇ ਸੋਹਣੇ ਦੁੱਧ ਵਾਲੀ ਹੋਵੇ, ਅਤੇ ਅੱਜ ਉਹਨਾਂ ਵੀਰਾਂ ਵਾਸਤੇ ਜਿਹੜੀ ਵੀਰ ਨੇ ਵੈਟ ਜਿਹੜੀ ਲਿਆਂਦੀ ਆ। ਗੱਲਬਾਤ ਹੁਣ ਆਪਾਂ ਵੀਰ ਜੀ ਉਹਨਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਸੁਣਾਓ, ਠੀਕ ਠਾਕ ਜੀ? ਠੀਕ ਠਾਕ, ਵਧੀਆ ਭਾਈ, ਵਧੀਆ ਠੀਕ ਠਾਕ। ਚਲੋ ਵਧੀਆ, ਠੀਕ ਠਾਕ ਹੀ ਚਾਹੀਦਾ ਵਾ, ਅੱਜ ਜਾਣ ਦਾ ਤਿਆਰੀ ਹੈ ਕਿਤੇ ਜਾਣ ਦੀ? ਨਹੀਂ, ਤਿਆਰੀ ਤੇ ਤੁਹਾਡੇ ਕਰਕੇ ਮਰੀ ਆ। ਅੱਛਾ ਅੱਛਾ, ਠੀਕ ਆ। ਪਤਾ ਟਾਈਮ ਹੋਇਆ ਵੈਸੇ ਮੇਰਾ ਡਿਊਟੀ ਦਾ, ਤਾਂ ਡਿਊਟੀ ਤੇ ਵੀ ਜਾਣਾ ਪੈਂਦਾ ਫਿਰ। ਹਾਂਜੀ ਹਾਂਜੀ, ਡਿਊਟੀ ਤੇ ਵੀ ਜਾਣਾ ਵਾ ਹੁਣ। ਅਜਨਾਲੇ ਜਾਣਾ ਫਿਰ ਡਿਊਟੀ ਤੇ ਹੁਣ? ਹਾਂਜੀ ਹਾਂਜੀ, ਅਜਨਾਲੇ। ਠੀਕ ਹੈ, ਬਾਅਦ 'ਚ ਫਿਰ ਸ਼ਾਮ ਨੂੰ ਕਲੀਨਿਕ 'ਤੇ? ਹਾਂਜੀ ਹਾਂਜੀ, ਸ਼ਾਮ ਨੂੰ ਕਲੀਨਿਕ 'ਤੇ। ਠੀਕ ਹੈ, ਅਤੇ ਅੱਜ ਫਿਰ ਸਾਹੀਵਾਲ ਵੈੜ ਲੈਂਦੀ? ਅੱਜ ਤਾਂ ਵੈੜ ਮੰਨਾ ਸਾਹੀਵਾਲ ਲੈਂਦੀ ਆਪਾਂ ਕੇ। ਠੀਕ ਹੈ, ਚਲੋ ਨਾਮ ਦੱਸ ਦਿਓ ਕਰੀ ਆਪਣਾ। ਨਾਮ ਵੀਰ ਜੀ ਮੇਰਾ, ਆਗਿਆਪਾਲ ਸਿੰਘ ਜੀ। ਹਾਂਜੀ, ਪਿੰਡ ਮੋਤਲਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਜੀ। ਅਤੇ ਫੋਨ ਨੰਬਰ ਬੋਲ ਦਿਓ ਕਰੀ। ਫੋਨ ਨੰਬਰ ਹੈਗਾ 8190961560। ਠੀਕ ਹੈ, ਹਾਂਜੀ ਹਾਂਜੀ, ਅਤੇ ਕਰੀਏ ਫਿਰ ਸ਼ੁਰੂ? ਕਰੋ ਕਰੋ। ਮੰਨ ਲਓ ਤਾਂ ਆਪਣੇ ਕੋਲ ਰੂਟੀਨ 'ਚ ਇੱਕ ਦੋ ਵੈੜਾਂ ਆਉਂਦੀਆਂ ਰਹਿੰਦੀਆਂ ਵਾ, ਹਨਾ? ਹਾਂਜੀ ਹਾਂਜੀ ਹਾਂਜੀ, ਆਉਣੀਆਂ ਰਹਿੰਦੀਆਂ ਰੋਜ਼ ਦਾ, ਮਤਲਬ ਡੰਗਰ ਇੱਕ ਕੋਈ ਨਾ ਕੋਈ ਰਾਹ ਭਰਾ ਹੁੰਦਾ ਹੀ ਰਹਿੰਦਾ। ਹਾਂਜੀ ਹਾਂਜੀ, ਆਪਣੀ ਗੱਲ ਤੇ ਕਾਫੀ ਰਾਹ ਹੁੰਦੀ ਰਹਿੰਦੀ ਆ, ਪਰ ਟਾਈਮ ਦੇ ਥੋੜਾ ਟਾਈਮ ਘੱਟ ਰਲਦਾ ਆਪਣਾ ਥੋੜਾ ਜਿਹਾ। ਟਾਈਮ ਫਿਰ ਥੋੜਾ ਜਿਹਾ, ਮਤਲਬ ਤੁਹਾਨੂੰ ਫੋਨ ਫਾਨ ਤੇ ਕਰੀਦਾ, ਫੋਨ ਫਾਨ ਤੇ ਹੁੰਦਾ ਹੀ ਰਹਿੰਦਾ ਵਾ, ਤੇ ਪਰ ਟਾਈਮ ਦਾ ਥੋੜਾ ਜਿਹਾ ਹੋ ਜਾਂਦਾ, ਤੁਸੀਂ ਵੀ ਡਿਊਟੀ ਜਾਣਾ ਹੁੰਦਾ ਵਾ। ਹਾਂਜੀ ਹਾਂਜੀ, ਫਿਰ ਟਾਈਮ ਨਹੀਂ ਨਾ ਰਲਦਾ। ਹਾਂਜੀ, ਕਈ ਵਾਰੀ ਟਾਈਮ ਜਿਹੜਾ ਰਲਦਾ ਨਹੀਂ ਆ। ਹਾਂਜੀ ਹਾਂਜੀ, ਅੱਜ ਫਿਰ ਸਾਹੀਵਾਲ ਵੈੜ ਵੀਰ ਜੀ ਹੁਣੀ ਕਹਿੰਦੇ ਸੀ ਆਈ ਆ ਠੰਡੀ ਧੀਰੀ, ਤੇ ਅੱਜ ਜਿਹੜੀ ਆ ਵੀਡੀਓ ਜ਼ਰੂਰ ਬਣਾਈਏ। ਹਾਂ, ਦੇਖ ਸਕਦੇ ਜੀ ਥਣਾ ਦਾ ਸਾਈਜ਼ ਤੇ ਗੈਪ ਆਪਾਂ ਦੇਖ ਸਕਦੇ ਹਾਂ, ਕਾਫੀ ਚੰਗਾ ਵਾ। ਕਿਨਵਾ ਸੂਹਾ ਸੋਨਾ ਵੀਰ ਜੀ ਨੇ? ਵੀਰ ਜੀ ਨੇ ਦੂਸਰਾ ਸੂਹਾ ਸੋਨਾ ਜੀ, ਦੂਸਰਾ ਸੂਹਾ ਸੋਨਾ ਹੈ। ਠੀਕ ਆ, ਤੇ ਅਜੇ ਕੰਨੀਆਂ ਨਹੀਂ ਬਰਾਬਰ ਕੀਤੀਆਂ, 6 ਦੰਦ ਹੋ ਗਏ ਤੇ ਕੰਨੀਆਂ ਡਈ ਆ ਕੱਢਣ ਅਜੇ ਦੂਸਰੀਆਂ। ਅੱਛਾ ਅੱਛਾ, ਅਜੇ ਮਤਲਬ 6 ਦੰਦ ਹੋ ਗਈ ਆ, ਤੇ ਜਿਹੜਾ ਵਾ? ਹਾਂਜੀ ਹਾਂਜੀ, ਅਜੇ ਜਵਾਨ ਹੁੰਦੀ ਅਜੇ ਹੋਈ ਨਹੀਂ ਆ। ਹਾਂਜੀ ਹਾਂਜੀ ਹਾਂਜੀ, ਠੀਕ ਆ। ਕਿੰਨਾ ਕਿ ਟਾਈਮ ਅਜੇ ਸੋਨ ਚ ਖੜਦੀ ਜੀ? ਅਜੇ ਮੇਰੇ ਹਿਸਾਬ ਨਾਲ 1 ਹਫਤਾ ਲੱਗੂ ਆਰਾਮ ਨਾਲ। 1 ਹਫਤਾ ਲੈ ਜਾਊਗੀ? ਹਾਂਜੀ ਹਾਂਜੀ, 8 ਦਿਨ ਖੜੂਗੀ ਵੈੜ। 8 ਦਿਨ ਲੈ ਜਾਊਗੀ? ਹਾਂਜੀ ਹਾਂਜੀ। ਤੇ ਦੁੱਧ ਕਿੰਨਾ ਕੁ ਚਵਾ ਜਾਊਗੀ? ਦੁੱਧ 17-18 ਕਿਲੋ ਚ ਆਉਣਾ ਚਾਹੀਦਾ। ਅੱਛਾ, ਮਤਲਬ ਚੱਡਾ ਥਾਣ ਵੇਖੋ ਕਿਹੜਾ ਲੱਗਾ ਇਹਨੂੰ ਮੱਝਾਂ ਵਾਲਾ। 17-18 ਲੀਟਰ ਦੇ ਕਰੀਬ ਜਿਹੜਾ ਦੁੱਧ ਇਹ ਚਵਾ ਜਾਊਗੀ ਦੂਸਰੇ ਸੋਵੇ? ਹਾਂਜੀ ਹਾਂਜੀ ਹਾਂਜੀ, ਠੀਕ ਹੈ। ਖੋਲੀਏ ਹਾਂ, ਤੋਰੀਏ ਫਿਰ, ਬਾਕੀ ਆ ਦੇ ਸਕਦੇ ਹਾਂ। ਝਾਲਰ ਵੀ ਸੋਹਣੀ ਆ, ਧੁੰਦ ਵੀ ਸੋਹਣਾ ਵਾ, ਤੇ ਕੱਦ ਕਾਠ ਦੀ ਵੀ ਜਿਹੜੀ ਚੰਗੀ ਆ। ਹਵਾਨਾ ਇਹਦਾ ਕਰੀ ਲੱਗ ਗਈ ਤਾਂ ਦੇਖ ਸਕਦੇ ਜੀ। ਠੀਕ ਹੈ ਵੀਰ ਜੀ, ਲੈ ਆਓ ਜੀ। ਅੱਜ ਅੱਜ ਲੈ ਆਓ, ਥੋੜਾ ਜਿਹਾ ਕਈ ਵਾਰੀ ਪੁੱਛ ਜਿਹੜਾ ਡਰ ਵੀ ਜਾਂਦਾ ਵਾ। ਬਾਕੀ ਬੋਡੀ ਵੇਟ ਵੀ ਜਿਹੜਾ ਇਹਦਾ ਚੰਗਾ ਵਾ। ਇੱਕ ਵੀਰ ਜੀ ਸਿੱਧੀ ਲਾ ਜਾਓ, ਉਹਨੂੰ ਵੀ ਤੋਰ ਦਈਏ ਥੋੜਾ। ਹਵਾਨਾ ਇਹਦਾ ਇੱਕ ਵਾਰੀ ਲੱਗ ਗਿਆ ਦੇਖ ਸਕਦੇ ਜੀ, ਅਜੇ ਹਵਾਨਾ ਜੀ ਜਿਹੜੀਆਂ ਢਿੱਲਾਂ ਕਾਫੀ ਆ। ਠੀਕ ਆ ਵੀਰ, ਸੋਨ ਤੱਕਰ ਹਵਾਨਾ ਜਿਹੜਾ ਚੰਗਾ ਤਿਆਰ ਕਰੂਗੀ। ਥੋੜਾ ਜਿਹਾ ਕਈ ਵਾਰੀ ਪਸ਼ੂ ਡਰ ਜਾਂਦਾ ਬਾਹਰਲੇ ਬੰਦੇ ਤੋਂ। ਉਂਝ ਵੀਰ ਜੀ ਠੰਡੀ ਧੀਰੀ ਆ? ਹਾਂਜੀ ਹਾਂਜੀ ਵੀਰ ਜੀ, ਠੰਡੀ ਧੀਰੀ ਆਇਆ, ਜਿੱਦਾਂ ਭਾਵੇਂ ਮਰਜ਼ੀ ਹੱਥ ਥੱਲੇ ਲਾਈ ਆ, ਕੋਈ ਚੱਕਰ ਨਹੀਂ। ਹੱਥ ਲਾ ਕੇ ਦਿਖਾ ਦਈਏ ਫਿਰ ਇੱਕ ਵਾਰੀ, ਦਿਖਾ ਦਿੰਦੇ ਦਿਖਾ। ਚਲੋ ਠੀਕ ਆ, ਫਿਰ ਦਿਖਾ ਦਿਓ। ਆ ਦੇਖ ਸਕਦੇ ਜੀ, ਉਂਝ ਹੈਗੀ ਜਿਹੜੀ ਠੰਡੀ ਧੀਰੀ ਆ, ਢਿੱਲਾ ਹਵਾਨੇ 'ਚ ਅਜੇ ਕਾਫੀ ਆ। ਥੋੜ੍ਹਾ ਜਿਹਾ ਕਈ ਵਾਰੀ ਪਸ਼ੂ ਜਿਹੜਾ ਵਾ ਡਰ ਜਾਂਦਾ ਬਾਹਰਲੇ ਬੰਦੇ ਤੋਂ ਵੀ, ਕਈ ਵਾਰੀ ਡਰ ਜਾਂਦਾ ਵਾ। ਠੀਕ ਆ, ਹਾਂਜੀ ਹਾਂਜੀ ਹਾਂਜੀ। ਤੇ ਮੁੱਲ ਵੀਰ ਜੀ ਦੱਸੀਏ ਫਿਰ ਇਹਦਾ ਆਪਾਂ? ਮੁੱਲ ਵੀਰ ਜੀ ਇਹਦਾ ਵੇਖ ਲਓ, ਚੰਗੀ ਵੈੜ ਸਾਰੇ ਪਾਸੇ ਪਾਸ ਆ। ਠੀਕ ਹੈ, ਕੋਈ ਬੰਦਾ ਆ ਕੇ
ਕੱਢ ਨਹੀਂ ਸਕਦਾ ਨੁਕਸੇ ਚ ਠੀਕ ਹੈ ਹਾਂਜੀ 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 ਤੇ ਇਹਦਾ ਕੀ ਫਿਰ ਮੁੱਲ ਰੱਖਦੇ ਨੇ ਅੱਜ ਮੁੱਲ ਤੇ ਵੀਰ ਜੀ ਜਿਹੜਾ ਹਿਸਾਬ ਨਾਲ ਆਉਂਦਾ ਇਹ ਮਾਝੀ ਦਾ ਹਿਸਾਬ ਨਾਲ ਠੀਕ ਹੈ ਹਾਂਜੀ ਹਾਂਜੀ ਕਿੰਨਾ ਕੁ ਕਰ ਦੇਣਾ ਫਿਰ ਇਹਦਾ ਮੁੱਲ ਵੇਖ ਲਓ ਵੀਰ ਜੀ ਜਿੰਨੇ ਕੁ ਦੀ ਚੰਗੀ ਲੱਗਦੀ ਲੈ ਜਾਓ ਚਲੋ ਵੀਰਾਂ ਦੀ ਡਿਮਾਂਡ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਸਹੀ ਵਾਲ ਗਾਂ ਹੋਵੇ ਚੰਗੀ ਨਾਲੇ ਠੰਡੀ ਧੀਰੀ ਆ ਮਤਲਬ ਆ ਤੇ ਆਪਣੇ ਕੋਲ ਮਾੜੀ ਮੋਟਾ ਕਰਦੀ ਆ ਹਾਂਜੀ ਹਾਂਜੀ ਐ ਮਤਲਬ ਗੱਲ ਹੀ ਕੋਈ ਨਹੀਂ ਜਿੱਦਾਂ ਮਰਜ਼ੀ ਥੱਲੇ ਬੈਠੇ ਰਹੋ ਮੈਂ ਤੇ ਅੱਧਾ ਦਾ ਘੰਟਾ ਵੈਸੇ ਮਤਲਬ ਕਈ ਰੀ ਉੱਤੇ ਹੱਥ ਉੱਤੇ ਫੇਰ ਕੇ ਥੱਲੇ ਹੱਥ ਫੇਰਦਾ ਰਹਿਣਾ ਇਹਦੇ ਚੱਕਰੀ ਕੋਈ ਨਹੀਂ ਠੀਕ ਹੈ ਹਾਂਜੀ 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 ਤੇ ਫਿਰ ਦੱਸੀਏ ਜੀ ਅੱਜ ਆ ਮੁੱਲ ਇਹਦਾ ਮੁੱਲ ਵੀਰ ਜੀ ਇਹਦਾ ਤੇ 52000 ਰੁਪਿਆ ਜੀ 52000 ਹਾਂਜੀ ਹਾਂਜੀ ਕਰ ਦੋਗੇ ਮਾਨਤਾਨ ਵਿੱਚ ਕਰ ਦਾਂਗੇ ਮਾਨਤਾਨ ਦੇ ਵਿੱਚ ਅੰਦਰ ਆ ਜੂਗੀ ਕਿ ਨਹੀਂ 50 ਤੋਂ ਵੇਖ ਲਓ ਕਿਵੇਂ ਮੌਕੇ ਤੇ ਯਾਰ ਦੇ ਹਿਸਾਬ ਨਾਲ ਨਹੀਂ ਆ ਮੌਕੇ ਤੇ ਚਲੋ ਕਰ ਲਾਂਗੇ ਇਸ ਮੌਕੇ ਤੇ ਹੋ ਜੂ ਜੋ ਵੀ ਹੋਊਗਾ ਠੀਕ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਕੋਈ ਨਹੀਂ ਮਾਨਤਾਨ ਕਰ ਦਾਂਗੇ ਵੱਧ ਕਰ ਦਾਂਗੇ ਖੁੱਲਾ ਮਾਨਤਾਨ ਮਾਨਤਾਨ ਖੁੱਲਾ ਕਰ ਦੋਗੇ ਹਾਂਜੀ 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 ਠੀਕ ਹੈ ਪਤਾ ਨਹੀਂ ਸੌਦਾ ਕਿੱਥੇ ਕਰ ਦੇਣਾ ਹਾਂਜੀ ਬਸ ਬਸ ਸੌਦਾ ਪਤਾ ਨਹੀਂ ਕਿੱਥੇ ਹੋਏ ਨਾ ਠੀਕ ਹੈ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਸ ਜੀ ਬਸ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ ਵੈਡ ਇੱਕੋ ਹੀ ਜਿਹੜੀ ਵਕਾਉ ਕੀਤੀ ਆ ਸਾਈਵਲ ਬਾਕੀ ਕੋਈ ਵੀਰ ਇੱਥੇ ਆ ਗਏ ਆਪਣੀ ਪਸੰਦ ਕਰਕੇ ਆਪਣੀ ਸਮਝ ਦੇ ਹਿਸਾਬ ਨਾਲ ਵੇਖ ਚਾਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।